ਆਗਾਮੀ ਚੋਣਾਂ ਪੰਚਾਇਤੀ ਰਾਜ ਦੀਆਂ ਬਿਲਕੁਲ ਔਨ ਟੂਜ਼ ਨੇ, ਤੁਹਾਨੂੰ ਪਤਾ ਹੈ। ਅਤੇ ਮੈਂ ਇਹਦੇ 'ਚ ਇੱਕ ਗੱਲ ਤੁਹਾਨੂੰ ਉਰੇ ਜ਼ਰੂਰ ਕਹਿਣੀ ਚਾਹੂੰਗਾ ਕਿ ਜਿਹੜੀ ਪੰਚਾਇਤ ਦੀਆਂ ਚੋਣਾਂ ਹੋਣਗੀਆਂ ਉਹ ਬੜੀ ਟਰਾਂਸਪੇਰੈਂਸੀ ਦੇ ਨਾਲ, ਪਾਰਦਰਸ਼ਤਾ ਦੇ ਤਰੀਕੇ ਨਾਲ ਹੋਣਗੀਆਂ, ਔਰ ਪੰਜਾਬ ਦੇ ਜਿਹੜੇ ਅਹਿਮ ਮੁੱਦੇ ਨੇ ਉਹ ਅਹਿਮ ਮੁੱਦਿਆਂ ਨੂੰ, ਖਾਸ ਕਰਕੇ ਪੰਚਾਇਤੀ ਰਾਜ ਦੇ ਨਾਲ ਰਿਲੇਟਡ ਮੁੱਦਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰੀਆਂ ਇਲੈਕਸ਼ਨਾਂ ਨੂੰ ਜਾਣੀ ਕਿ ਕੰਟੈਸਟ ਕੀਤਾ ਜਾਊਗਾ। ਔਰ ਮੈਂ ਤੁਹਾਡੇ ਮਾਧਿਅਮ ਦੇ ਨਾਲ, ਤੁਸੀਂ ਅੱਜ ਐਡੀ ਵੱਡੀ ਤਾਦਾਦ ਦੇ ਵਿੱਚ ਮੀਡੀਆ ਇਕੱਠੇ ਹੋਏ ਹੋ, ਮੈਂ ਤਹਿ ਦਿਲ ਤੋਂ ਇਲੈਕਟ੍ਰੋਨਿਕ ਮੀਡੀਆ ਦਾ, ਪ੍ਰਿੰਟ ਮੀਡੀਆ ਦਾ ਵੀ ਧੰਨਵਾਦ ਕਰਦਾ ਕਿ ਸਾਡੀ ਇਹ ਗੱਲ ਤੁਸੀਂ ਵੀ ਪਿੰਡਾਂ ਤੱਕ ਪਹੁੰਚਾਇਓ, ਪੰਜਾਬ ਦੇ ਹਰ ਪਿੰਡਾਂ ਤੱਕ ਪਹੁੰਚਾਇਓ ਕਿ ਜਿਹੜੇ ਇਸ ਵਾਰ ਆਪਾਂ ਸਰਪੰਚੀ ਦੀਆਂ ਚੋਣਾਂ ਹੋਣੀਆਂ, ਆਪਾਂ ਜਿਹੜੇ ਆਪਣੇ ਪਿੰਡਾਂ ਨੂੰ ਪਿਆਰ ਕਰਦੇ ਹੋ, ਜਿਨ੍ਹਾਂ ਕੋਲ ਸਭ ਤੋਂ ਵੱਡੀ ਗੱਲ ਹੈ ਪਿੰਡਾਂ ਦੀ ਡਿਵੈਲਪਮੈਂਟ ਲਈ ਸਮਾਂ ਹੋਵੇ, ਉਹ ਆਪਣੇ ਏਰੀਏ ਦੇ ਨੁਮਾਇੰਦਿਆਂ ਨੂੰ ਜਾ ਕੇ ਡਿਵੈਲਪਮੈਂਟ ਦੇ ਲਈ ਮਿਲ ਸਕਣ, ਸਮਾਂ ਕੱਢ ਸਕਣ, ਆਪਾਂ ਉਹੀ ਜੇ ਨੁਮਾਇੰਦੇ ਚੁਣ ਕੇ ਆਪਣੀ ਸਰਪੰਚੀ ਦੀ ਤੌਰ 'ਤੇ ਲੈ ਕੇ ਆਈਏ, ਤਾਂ ਜਾਣੀ ਕਿ ਜਿਹੜਾ ਪੰਜਾਬ ਦੇ ਪਿੰਡਾਂ ਦਾ ਜਿਹੜਾ ਹੋਰ ਵਿਕਾਸ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਹੋ ਸਕਦਾ। ਔਰ ਇਹ ਕੋਈ ਇੱਕ ਦਿਨ ਦਾ ਕੋਈ ਟਾਸਕ ਨਹੀਂ ਹੁੰਦਾ, ਇਹ ਬੇਸਿਕਲੀ ਇੱਕ ਲਾਈਨ ਹੁੰਦੀ ਹੈ ਟਾਸਕ ਦੀ, ਇੱਕ ਜਿਵੇਂ ਚੇਨ ਹੁੰਦੀ ਹੈ ਤਰੱਕੀ ਦੀ ਚੇਨ, ਸੋ ਚੇਨ ਦੇ ਵਿੱਚ ਇੱਕ ਇੱਕ ਕੜੀ ਜੁੜਦੀ ਜਾਵੇ ਤਾਂ ਇਹਦੇ 'ਚ ਡਿਵੈਲਪਮੈਂਟ ਦੇ ਕਾਰਜ ਨੇ ਜਿਹੜੇ ਉਹ ਕੰਟੀਨਿਊਸ ਚੱਲਦੇ ਰਹਿੰਦੇ। ਸੋ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਹਿਸਾਬ ਨਾਲ ਜਿਵੇਂ ਜਿਵੇਂ ਉਹਨਾਂ ਦੇ ਨਿਰਦੇਸ਼ ਹੋਣਗੇ ਔਰ ਜਿਵੇਂ ਜਿਵੇਂ ਪੰਜਾਬ ਦੀ ਜਿਹੜੀ ਰਿਕੁਆਇਰਮੈਂਟ ਨੂੰ ਦੇਖਦੇ ਹੋਏ, ਵੱਖ ਵੱਖ ਪਿੰਡਾਂ ਦੀ ਰਿਕੁਆਇਰਮੈਂਟਸ ਨੂੰ ਦੇਖਦੇ ਹੋਏ, ਵੱਖ ਵੱਖ ਏਰੀਆ ਦੀ ਰਿਕੁਆਇਰਮੈਂਟਸ ਨੂੰ ਦੇਖਦੇ ਹੋਏ, ਜਾਣੀ ਕਿ ਜੋ ਵੀ ਬੈਸਟ ਹੋਇਆ ਅਸੀਂ ਉਹ ਆਪਣੇ ਵੱਲੋਂ ਡਿਲੀਵਰ ਕਰਾਂਗੇ। ਦੇਖੋ ਆਗਾਮੀ ਚੋਣਾਂ ਪੰਚਾਇਤੀ ਰਾਜ ਦੀਆਂ ਬਿਲਕੁਲ ਔਨ ਟੂਜ਼ ਨੇ, ਤੁਹਾਨੂੰ ਪਤਾ ਹੈ। ਅਤੇ ਮੈਂ ਇਹਦੇ 'ਚ ਇੱਕ ਗੱਲ ਤੁਹਾਨੂੰ ਉਰੇ ਜ਼ਰੂਰ ਕਹਿਣੀ ਚਾਹੂੰਗਾ ਕਿ ਜਿਹੜੀ ਪੰਚਾਇਤ ਦੀਆਂ ਚੋਣਾਂ ਹੋਣਗੀਆਂ ਉਹ ਬੜੀ ਟਰਾਂਸਪੇਰੈਂਸੀ ਦੇ ਨਾਲ, ਪਾਰਦਰਸ਼ਤਾ ਦੇ ਤਰੀਕੇ ਨਾਲ ਹੋਣਗੀਆਂ, ਔਰ ਪੰਜਾਬ ਦੇ ਜਿਹੜੇ ਅਹਿਮ ਮੁੱਦੇ ਨੇ ਉਹ ਅਹਿਮ ਮੁੱਦਿਆਂ ਨੂੰ, ਖਾਸ ਕਰਕੇ ਪੰਚਾਇਤੀ ਰਾਜ ਦੇ ਨਾਲ ਰਿਲੇਟਡ ਮੁੱਦਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰੀਆਂ ਇਲੈਕਸ਼ਨਾਂ ਨੂੰ ਜਾਣੀ ਕਿ ਕੰਟੈਸਟ ਕੀਤਾ ਜਾਊਗਾ। ਔਰ ਮੈਂ ਤੁਹਾਡੇ ਮਾਧਿਅਮ ਦੇ ਨਾਲ, ਤੁਸੀਂ ਅੱਜ ਐਡੀ ਵੱਡੀ ਤਾਦਾਦ ਦੇ ਵਿੱਚ ਮੀਡੀਆ ਇਕੱਠੇ ਹੋਏ ਹੋ, ਮੈਂ ਤਹਿ ਦਿਲ ਤੋਂ ਇਲੈਕਟ੍ਰੋਨਿਕ ਮੀਡੀਆ ਦਾ, ਪ੍ਰਿੰਟ ਮੀਡੀਆ ਦਾ ਵੀ ਧੰਨਵਾਦ ਕਰਦਾ ਕਿ ਸਾਡੀ ਇਹ ਗੱਲ ਤੁਸੀਂ ਵੀ ਪਿੰਡਾਂ ਤੱਕ ਪਹੁੰਚਾਇਓ, ਪੰਜਾਬ ਦੇ ਹਰ ਪਿੰਡਾਂ ਤੱਕ ਪਹੁੰਚਾਇਓ ਕਿ ਜਿਹੜੇ ਇਸ ਵਾਰ ਆਪਾਂ ਸਰਪੰਚੀ ਦੀਆਂ ਚੋਣਾਂ ਹੋਣੀਆਂ, ਆਪਾਂ ਜਿਹੜੇ ਆਪਣੇ ਪਿੰਡਾਂ ਨੂੰ ਪਿਆਰ ਕਰਦੇ ਹੋ, ਜਿਨ੍ਹਾਂ ਕੋਲ ਸਭ ਤੋਂ ਵੱਡੀ ਗੱਲ ਹੈ ਪਿੰਡਾਂ ਦੀ ਡਿਵੈਲਪਮੈਂਟ ਲਈ ਸਮਾਂ ਹੋਵੇ, ਉਹ ਆਪਣੇ ਏਰੀਏ ਦੇ ਨੁਮਾਇੰਦਿਆਂ ਨੂੰ ਜਾ ਕੇ ਡਿਵੈਲਪਮੈਂਟ ਦੇ ਲਈ ਮਿਲ ਸਕਣ, ਸਮਾਂ ਕੱਢ ਸਕਣ, ਆਪਾਂ ਉਹੀ ਜੇ ਨੁਮਾਇੰਦੇ ਚੁਣ ਕੇ ਆਪਣੀ ਸਰਪੰਚੀ ਦੀ ਤੌਰ 'ਤੇ ਲੈ ਕੇ ਆਈਏ, ਤਾਂ ਜਾਣੀ ਕਿ ਜਿਹੜਾ ਪੰਜਾਬ ਦੇ ਪਿੰਡਾਂ ਦਾ ਜਿਹੜਾ ਹੋਰ ਵਿਕਾਸ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਹੋ ਸਕਦਾ। ਇੰਡਸਟਰੀ ਤੇ ਕਮਰਸ ਵੀ ਤੁਹਾਡੇ ਕੋਲ ਆਈਆਂ ਨੇ, ਆਉਣ ਵਾਲੇ ਦਿਨਾਂ ਦੇ ਵਿਚਕਾਰ ਇੰਡਸਟਰੀ ਐਂਡ ਕਮਰਸ ਦੇ ਲਈ ਕਿਵੇਂ ਪੰਜਾਬ ਦੇ ਵਿਚਕਾਰ ਤੁਸੀਂ ਹੋਰ ਕੰਮ ਕਰੋਗੇ? ਮੈਂ ਖੁਦ ਇੰਡਸਟਰੀਅਲਿਸਟ ਹਾਂ, ਇੱਕ ਇੰਡਸਟਰੀ ਨਾਲ ਜੁੜਿਆ ਹੋਇਆ, ਸੋ ਇੰਡਸਟਰੀਅਲ ਪਰਿਵਾਰ ਦੇ ਨਾਲ ਜੁੜਿਆ ਹੋਣ ਕਰਕੇ ਮੈਂ ਇੰਡਸਟਰੀ ਦੀ ਸਮੱਸਿਆਵਾਂ ਨੂੰ ਬਹੁਤ ਬਰੀਕੀ ਨਾਲ ਜਾਣਦਾ ਔਰ ਇੰਡਸਟਰੀਅਲਿਸਟ ਦੀ ਤਕਲੀਫ ਨੂੰ ਵੀ ਬਹੁਤ ਚੰਗੀ ਤਰ੍ਹਾਂ ਨਾਲ ਜਾਣਦਾ। ਸੋ ਜਿੱਥੇ ਜਿੱਥੇ ਕਿਤੇ ਇੰਡਸਟਰੀਅਲਿਸਟ ਨੂੰ ਕੋਈ ਦਿੱਕਤ ਆਊਗੀ, ਇੰਡਸਟਰੀ ਨੂੰ ਦਿੱਕਤ ਆਊਗੀ, ਔਰ ਮੈਂ 100% ਪ੍ਰੋਮਿਸ ਕਰਦਾ ਕਿ ਸਾਡੇ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅਸੀਂ ਇੰਡਸਟਰੀ ਲਈ ਜਿੱਥੇ ਮਤਲਬ ਕਿ ਇੱਕ ਐਟਮੋਸਫੀਅਰ ਹੈ ਜਿਹੜਾ ਗੁੱਡ ਲੈ ਕੇ ਆਵਾਂਗੇ ਅਤੇ ਨਾਲ ਇੰਡਸਟਰੀ ਸਾਡੀ ਹੋਰ ਪ੍ਰਫੁੱਲਿਤ ਹੋਵੇ, ਅਸੀਂ ਨਵੇਂ ਪ੍ਰੋਜੈਕਟ